ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਦਿੱਤਾ ਗਿਫਟ। ਗਾਂਧੀ ਦੀ ਟ੍ਰੇਨ ਦਾ ਮਾਡਲ ਤੋਹਫੇ ਵਜੋਂ ਕੀਤਾ ਭੇਟ। ਅਮਰੀਕਾ ਦੌਰੇ ਤੇ ਹਨ ਪੀਐਮ ਮੋਦੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਆਡ ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਇਨ੍ਹੀਂ ਦਿਨੀ ਅਮਰੀਕਾ ਗਏ ਹੋਏ ਹਨ ਤੇ ਦੱਸ ਦਈਏ ਕਿ ਪ੍ਰਧਾਨ ਮੰਤਰੀ 3 ਦਿਨਾਂ ਦੇ ਲਈ ਅਮਰੀਕਾ ਦੌਰੇ ਤੇ ਹਨ ਤੇ ਇਸ ਦੌਰਾਨ ਉਹਨਾਂ ਨੇ ਕੁਆਡ ਸਮਿਟ ਦੇ ਵਿੱਚ ਹਿੱਸਾ ਲਿਆ ਤੇ ਇਸ ਕਾਨਫਰੰਸ ਦੌਰਾਨ ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਦਰਅਸਲ ਰਾਸ਼ਟਰਪਤੀ ਬਾਈਡਨ ਦੇ ਗ੍ਰਹਿ ਸ਼ਹਿਰ ਜਲਾਵੀਅਰ ਦੇ ਵਿੱਚ ਕੁਆਡ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨਾਲ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਵੀ ਅਮਰੀਕਾ ਦੇ ਵਿੱਚ ਮੌਜੂਦ ਹਨ ਤੇ ਇਸ ਮੌਕੇ ਰਾਸ਼ਟਰਪਤੀ ਜੋ ਬਾਈਡਨ ਨੂੰ ਪੀਐਮ ਮੋਦੀ ਦੇ ਵੱਲੋਂ ਇੱਕ ਗਿਫਟ ਦਿੱਤਾ ਗਿਆ ਤੇ ਪੀਐਮ ਮੋਦੀ ਦਾ ਵੀ ਜੋ ਬਾਈਡਨ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ ਤੇ ਇਸ ਮੁਲਾਕਾਤ ਦੇ ਉੱਤੇ ਪੀਐਮ ਮੋਦੀ ਨੇ ਚਾਂਦੀ ਦੀ ਟ੍ਰੇਨ ਦਾ ਮਾਡਲ ਹੈ ਜਿਹੜਾ ਉਹ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਗਿਫਟ ਕੀਤਾ ਹੈ ਤਾਂ ਦੱਸ ਦਈਏ ਕਿ ਇਸ ਮਾਡਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੀ ਖੂਬਸੂਰਤ ਟ੍ਰੇਨ ਹੈ ਜਿਹੜੀ ਉਹ ਬਣੀ ਹੋਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 92% ਜਿਹੜਾ ਚਾਂਦੀ ਹੈ ਤੇ ਉਸ ਤੋਂ ਬਾਅਦ ਇਸ ਮਾਡਲ ਨੂੰ ਤਿਆਰ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੀ ਟ੍ਰੇਨ ਹੈ ਉਹ ਭਾਰਤ ਦੀ ਟ੍ਰੇਨ ਹੈ ਤੇ ਇਸ ਮਾਡਲ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬਹੁਤ ਵਧੀਆ ਤੇ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਹੈ ਤੇ ਇਸ ਟ੍ਰੇਨ ਦੇ ਉੱਤੇ ਦਿੱਲੀ ਡੇਲਾਵੇਅਰ ਵੀ ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਡੇਲਾਵੇਅਰ ਰਾਸ਼ਟਰਪਤੀ ਜੋ ਬਾਈਡਨ ਦਾ ਜੱਦੀ ਸ਼ਹਿਰ ਹੈ ਤੇ ਇਸ ਦੇ ਨਾਲ ਹੀ ਪੀਐਮ ਮੋਦੀ ਨੇ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡਨ ਨੂੰ ਪਸ਼ਮੀਨਾ ਸ਼ੋਲ ਤੋਹਫੇ ਦੇ ਵਜੋਂ ਦਿੱਤੀ। ਅਜਿਹੀ ਸ਼ੋਲ ਜਿਹੜੀ ਕਿ ਜੰਮੂ ਕਸ਼ਮੀਰ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਅਤੇ ਕਾਗਜ਼ ਦੇ ਡੱਬੇ ਦੇ ਵਿੱਚ ਪੈਕ ਕਰਕੇ ਉਹ ਉਹਨਾਂ ਨੂੰ ਦਿੱਤੀ ਗਈ ਹੈ ਤਾਂ ਇਹ ਸਿਰਫ ਕਾਗਜ਼ ਗੂੰਦ ਜਾਂ ਕੁਦਰਤ ਦੀ ਸਮੱਗਰੀ ਦੀ ਵਰਤੋਂ ਕਰਕੇ ਹੀ ਬਣਦਾ ਹੈ ਤੇ ਹੱਥਾਂ ਨਾਲ ਇਸ ਦੀ ਕਾਰਾਗਰੀ ਕੀਤੀ ਜਾਂਦੀ ਹੈ। ਹਰ ਡੱਬੇ ਦੇ ਉੱਤੇ ਕਲਾਕਾਰੀ ਵੱਖਰੀ ਹੁੰਦੀ ਹੈ ਤੇ ਜੋ ਕਸ਼ਮੀਰੀ ਕਲਾ ਨੂੰ ਦਰਸਾਉਂਦੀ ਹੈ ਤਾਂ ਇਸ ਮੌਕੇ ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ 21 ਤੋਂ ਲੈ ਕੇ 23 ਸਤੰਬਰ ਤੱਕ ਅਮਰੀਕਾ ਦੌਰੇ ਤੇ ਹਨ ਤੇ ਦੱਸ ਦਈਏ ਕਿ ਅੱਜ ਉਹਨਾਂ ਦਾ ਦੂਸਰਾ ਦਿਨ ਹੈ ਤੇ ਇਸ ਮੌਕੇ ਤਸਵੀਰਾਂ ਖੂਬਸੂਰਤ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਪੀਐਮ ਮੋਦੀ ਨੇ ਜੋ ਬਾਈਡਨ ਨੂੰ ਜਿਹੜਾ ਗਿਫਟ ਹੈ ਉਹ ਦਿੱਤਾ ਹੈ ਜਿਸਦੇ ਵਿੱਚ ਇੱਕ ਟ੍ਰੇਨ ਹੈ ਤੇ ਇੱਕ ਪਸ਼ਮੀਨਾ ਸ਼ੋਲ ਵੀ ਹੈ ਜਿਹੜਾ ਕਿ ਮਹਿਲਾ ਜਿਲ ਬਾਈਡਨ ਨੂੰ ਦਿੱਤਾ ਗਿਆ ਹੈ।